ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਕਹਾਣੀ ਰਤਨਾਵਲੀ ਅਧ ਚੇਤਰ ਦੇ ਬੁੱੱਚੇ-ਬੁੱੱਚੇ ਦਿਨਾਂ ਦਾ ਜ਼ਿਕਰ ਹੈ ਇਹਨਾਂ ਨੂੰ ਲੋਕ ਉਦਾਸੀ ਦੇ ਦਿਨ ਵੀ ਆਖਦੇ ਹਨ ਉਦਾਸੀ ਮੌਸਮ ਦੀ ਨਹੀਂ ਹੁੰਦੀ ਕਿਉਂ ਜੋ ਮੌਸਮ ਤੇ ਬਹਾਰ ਦਾ ਹੁੰਦਾ ਹੈ ਫੁੱਲ ਖਿੜੇ ਪੱਤੇ ਹਰੇ ਹੁੰਦੇ ਆ ਪਰ ਦਿਲ ਕੰਮਾਂ ਨਾਲ ਹੀ ਲੱਗਦੇ ਹਨ ਇਨੀ ਦਿਨੀ ਫਸਲਾਂ ਪੱਕ ਖਲੋਣੀਆਂ ਤੇ ਹਲ ਟਾਵੇਂ-ਟਾਵੇਂ ਵਗਦੇ ਆ ਕੰਮਾਂ ਦੀ ਘਾਟ ਉਦਾਸੀ ਬਣ ਜਾਂਦੀ ਇਹ ਸੁਦਾਸੀ ਦੀਆਂ ਰੋਜ਼ ਲਮੇਰੀਆਂ ਹੁੰਦੀਆਂ ਘੜੀਆਂ ਗੁਜ਼ਾਰਨ ਲਈ ਰਤਨਾਵਲੀ ਦੇ ਮਾਤਾ ਪਿਤਾ ਦੁਪਹਿਰ ਦਾ ਖਾਣਾ ਖਾ ਕੇ ਆਰਾਮ ਕਮਰੇ 'ਚ ਜਾਵੜਦੇ ਸੀ ਤੇ ਸੇਵਕ ਸੇਵਕਾਵਾਂ ਸਰਦਾ ਨਾਲ ਚਰਨ ਧਸ ਕੇ ਮੁੱਠੀਆਂ ਭਰ ਕੇ ਉਹਨਾਂ ਨੂੰ ਸੁਆ ਦਿੰਦੇ ਸਨ ਤੇ ਕਈ ਵਾਰ ਪਾਸੇ ਪਲਟ ਦੇ ਅਨੁਸ਼ਾਮਾ ਪੈ ਜਾਂਦੀਆਂ ਬੇਅੰਤ ਅਣਕਮਾਈ ਧਨ ਤੇ ਬੇਮੇਚੀ ਮੰਨਤਾਂ ਨੇ ਇਹਨਾਂ ਨੂੰ ਬੜਾ ਸੁਖਿਆਰਾ ਮਨੁਪੂਜ ਆਲਸ ਦੀਆਂ ਰੇਸ਼ਮੀ ਪੰਡਾ ਬਣਾਤਾ ਸੀ ਪਰ ਰਤਨਾਵਲੀ ਆਪਣੇ ਮਾਪਿਆਂ ਦੇ ਬਿਲਕੁਲ ਉਲਟ ਸੀ ਪਤਲੀ ਤੇ ਕੋਮਲ ਟਪੂ ਟਪੂ ਕਰਦੇ ਨਿੱਕੇ ਪੈਰ ਚਿੱਤਨ ਚਿੱਟੇ ਨਕਸ਼ ਜਗਦੇ ਜਗਦੇ ਨੈਣ ਲੁਕੀ ਹੋਈ ਚੁੱਪ ਛਾਤੀ ਪਰ ਉਹਦੇ ਵਿੱਚ ਹਰੇਕ ਲਈ ਟੜਕਦਾ ਦਿਲ ਮਾਨੋ ਦਰਦਾਂ ਦੀ ਇੱਕ ਨਿੱਕੀ ਜਿਹੀ ਟਿਕ ਟਿਕ ਕਰਦੀ ਖੜੀ ਇਹ ਰਤਨਾਵਲੀ ਸੀ ਰੀਜਾਂ ਨਾਲ ਪਾਲੀ ਮਸਾਂ ਘਰ ਰੱਖ ਕੇ ਪੜਾਈ ਹੋਈ ਨਵੀਂ ਨਕੂਰ ਜਿੰਦੜੀ ਕੱਦ ਦੀ ਨਿੱਕੀ ਪਰ ਉਮਰਾਂ ਦੀ ਐਡੀ ਨਿੱਕੀ ਨਹੀਂ ਸੀ ਉਦੀ 20ਵੀਂ ਬਰੇ ਗੰਢ ਸ਼ੁਰੂ ਸਿਆਲੇ 'ਚ ਬੜੀ ਧੂਮ ਧਾਮ ਨਾਲ ਮਨਾਈ ਗਈ ਸੀ। ਪੂਜ ਪਿਤਾ ਸ੍ਰੀ ਹਜ਼ੂਰ ਸਹਿਬਾਂ ਦੇ ਸਾਹਿਬ ਅਟਲ ਪ੍ਰਾਪਤੀ ਬਾਬਾ ਪੰਨਾ ਜੀ ਦੇ ਅਨੇਕਾਂ ਸ਼ਿਸ਼ ਸੇਵਕਾਂ ਨੇ ਅਣਗਿਣਤ ਤੋਹਫੇ ਤੇ ਅਮੋਲ ਸੋਨਾ ਚਾਂਦੀ ਭੇਟਾ ਕੀਤੇ ਸਨ। ਦਾਣੇ ਵੇਚ ਵੇਚ ਕੇ ਜੱਟ ਜ਼ਿਮੀਂਦਾਰ ਨਗਦੀ, ਤੁਸੇ ਸੋਨਾ, ਚਾਂਦੀ, ਰੇਸ਼ਮ, ਖੱਦਰ, ਦੁਵਾਨੀਆਂ, ਟਕੇ, ਪੈਸੇ, ਕੋਡਾਂ, ਫੁੱਲ, ਪਤਾਸੀ ਪੂਜ ਪਿਤਾ ਦੇ ਚਰਨਾਂ ਤੋਂ ਨਿਛਾਵਰ ਕਰਦੇ ਸਨ। ਇਹ ਬੜਾ ਹੀ ਮਹਿਰਾ ਦਾ ਦਰਬਾਰ ਸੀ। ਇਥੇ ਕਿਸੇ ਦੀ ਪੇਟਾ ਮੋੜੀ ਨਹੀਂ ਸੀ ਜਾਂਦੀ ਪੈਸੇ ਥੇਲੇ ਵੀ ਉਕਰ ਹੀ ਪਰਵਾਨ ਸਨ ਜੀ ਕਣ ਹੀਰੇ ਪੰਨੇ ਪਰ ਰਤਨਾਵਲੀ ਨੂੰ ਤੋਹਫੇ ਖੁਸ਼ੀ ਨਹੀਂ ਸੀ ਦਿੰਦੇ ਉਹਦੇ ਸੁਪਨਿਆਂ ਨੂੰ ਤੋਹਫੇ ਲਿਆਉਣ ਵਾਲਿਆਂ ਨੇ ਸ਼ਰਦਾ ਭਰੇ ਸੋਗੀ ਮੂੰਹ ਮੱਲੀ ਰੱਖਦੇ ਸੀ ਕਸ਼ਮੀਰੀ ਧੁੱਸੇ ਲਿਆਉਣ ਵਾਲਿਆਂ ਦੇ ਅਧੂਰੇ ਵਸਤਰ ਉਹਨਾਂ ਦੇ ਠਰੂੰ ਠਰੂੰ ਕਰਦੇ ਬੱਚੇ ਤੇ ਉਹਨਾਂ ਦੀਆਂ ਹਰ ਗੱਲੋਂ ਭੁੱਖੀਆਂ ਇਸਤਰੀਆਂ ਰਤਨਾਵਲੀ ਦੀ ਉਦਾਸੀ ਦੇ ਬਦਲ ਸਨ ਮੈਲਾਂ ਵਿੱਚ ਡਰ-ਡਰ ਕੇ ਕਦਮ ਪੁੱਟਦੇ ਬੱਚਿਆਂ ਦੇ ਬੋਝੇ ਰਤਨਾਵਲੀ ਨੇ ਘਡਾਉਣਿਆਂ ਨਾਲ ਮਿੱਠੀਆਂ ਚੀਜ਼ਾਂ ਨਾਲ ਭਰੇ ਸਨ। ਕਈਆਂ ਔਰਤਾਂ ਨੂੰ ਚੋਰੀ ਦਾਤਾਂ ਦਿੱਤੀਆਂ ਸਨ ਤੇ ਕਈ ਸੋਹਣੇ ਗੱਭਰੂ ਜੱਟਾਂ ਨੂੰ ਪ੍ਰਸ਼ੰਸਾ ਨਾਲ ਵੇਖ ਕੇ ਸੁਪਨਿਆਂ ਦੀ ਮਿੱਠੀ ਧਰਤੀ 'ਚ ਭੇਜਿਆ ਸੀ। ਅੱਜ ਰਤਨਾਵਲੀ ਮੁਤਾਲਿਆ ਕਮਰੇ 'ਚ ਕਦੇ ਇੱਕ ਕਿਤਾਬ ਫੜਦੀ ਕਦੀ ਦੂਜੀ ਦੇ ਵਰਕੇ ਫੁੱਲਦੀ ਹੈ। ਕਦੇ ਕੰਨਾਂ ਉੱਤੇ ਟੰਗੀਆਂ ਮੂਰਤਾਂ ਵੱਲ ਵੇਖਦੀ ਹੈ ਤੇ ਇੱਕ ਹਲਵਾਉਂਦੇ ਜੱਟ ਦੀ ਪਤਨੀ ਰੋਟੀ ਖਵਾ ਕੇ ਜਾਂਦੀ ਜਾਂਦੀ। ਕੁੱਛੜਲਾ ਬੱਚਾ ਪਤੀਵਲ ਕਰਦੀ ਐ ਤੇ ਮੂਰਤ ਦੇ ਹੀਠਾ ਅੰਕਿਤ ਹੈ ਖੜੇ ਪੈ ਗਿਆ ਏ ਇੱਕ ਵਾਰੀ ਕੁੱਛੜ ਲੈ ਲਓ ਉਸ ਨੂੰ ਇਸ ਜੱਟ ਦੇ ਬੜੇ ਮੋਕਲੇ ਅੰਗ ਹਨ ਮੈਦਾਨ ਜਿੱਡੀ ਚੌੜੀ ਹੱਕੈ ਸਰੀਰ ਉਤੇ ਕੱਪੜੇ ਘੱਟ ਵੱਧਦੀ ਹਨ ਤੇ ਬੱਚਾ ਨੰਗਮ ਨੰਗਾ ਰਤਨਾਵਲੀ ਆਪਣੇ ਕਮਰੇ ਦੀ ਅਮੀਰੀ ਵੱਲ ਤੱਕਦੀ ਐ ਆਪਣੀ ਸਾੜੀ ਦੀਆਂ ਝਮ ਝਮ ਟੈਂਦੀਆਂ ਕੰਨੀਆਂ ਵੱਲ ਵੇਖਦੀ ਐ ਦਿਲ 'ਚ ਕੁਝ ਹੁੰਦਾ ਐ ਅੱਖਾਂ ਦੀਆਂ ਨੁਕਰਾਂ ਪੁੰਝ ਕੇ ਬਾਰੀ ਅੱਗੇ ਜਾ ਅਖ ਲਾਉਂਦੀ ਐ ਸਾਹਮਣੇ ਬੜੀ ਸੁੰਦਰ ਚਰਾੰਦ ਹੈ ਹਰੀ-ਹਰੀ ਕਾ ਹਸ-ਵਸੂ ਕਰਦੇ ਹਰੇ-ਹਰੇ ਫੁੱਲ ਹਨ ਨੱਚੂ-ਨੱਚੂ ਉੱਠਦੇ ਪੰਛੀ ਹਨ ਤੇ ਰਤਾ ਪਰੇਰੇ ਲੰਮੇ ਰਸੇ ਨਾਲ ਇੱਕ ਪੈਰ ਵੱਡਾ ਘੋੜਾ ਕਦੇ ਮੂੰਹ ਮਾਰਦਾ ਹੈ ਕਦੇ ਮੂੰਹ ਚੁੱਕ ਕੇ ਤੱਕਦਾ ਹੈ ਕਈ ਮੀਲ ਇੱਧਰ ਤੇ ਕਈ ਮੀਲ ਉੱਤਰ ਸਾਰੀ ਮਿਲਖ ਰਤਨਾਵਲੀ ਦੇ ਪਿਤਾ ਜੀ ਦੀ ਹੈ ਕਿਸੇ ਮਲਕੀ ਸੇਵਾ ਦੇ ਬਦਲੇ ਸਰਕਾਰੋਂ ਨਹੀਂ ਸੀ ਮਿਲੀ ਸਿਰਫ ਅਧ ਨੰਗੇ ਅਧ ਰੱਜੇ ਕਿਸਾਨਾਂ ਨੇ ਆਪਣੇ ਪ੍ਰਤਾਪੀ ਮਹਾਰਾਜ ਨੂੰ ਅਰਪਣ ਕੀਤੀ ਹੋਈ ਹੈ ਤੇ ਮਹਾਰਾਜ ਉਹਨਾਂ ਨੂੰ ਨਾਮਦਾਨ ਬਖਸ਼ਦੇ ਹਨ ਰਤਨਾਵਲੀ ਲੋਕਾਂ ਦੀਆਂ ਨਜ਼ਰਾਂ 'ਚ ਨਾ ਜ਼ਮੀਨਾਂ ਤੇ ਮਹਿਲਾਂ ਦੀ ਮਾਲਕ ਹੈ ਪਰ ਉਹ ਆਪ ਸਿਵਾਏ ਉਸ ਮੂਹ ਚੁੱਕ-ਚੁੱਕ ਕੇ ਤੱਕਦੇ ਘੋੜੇ ਦੀ ਕਿਸੇ ਹੋਰ ਚੀਜ਼ ਨੂੰ ਆਪਣਾ ਨਹੀਂ ਸਮਝਦੀ ਘੋੜਾ ਠੀਕ ਉਹਦਾ ਆਪਣਾ ਹੈ ਕਿਉਂਕਿ ਦਿਲ ਦਾ ਪਿਆਰ ਦੇ ਕੇ ਰਤਲਾ ਰਤਨਾਵਲੀ ਨੇ ਉਹਦੇ ਦਿਲ ਦਾ ਪਿਆਰ ਖਰੀਦ ਲਿਆ ਕੋਈ ਹੋਰ ਉਹਦੀ ਸਵਾਰੀ ਨਹੀਂ ਕਰ ਸਕਦਾ ਬੀਬੀ ਉਹਦੀ ਹੈ ਘੋੜਾ ਬੀਬੀ ਦਾ ਹੈ ਉਹਦੀ ਨਿਹਾਰੀ ਉਹ ਆਪ ਵੇਖਦੀ ਐ ਉਹਦੇ ਪਿੰਡੇ ਤੇ ਹੱਥ ਫੇਰਦੀ ਰੱਜਦੀ ਨਹੀਂ ਘੋੜੇ ਨੇ ਹਿਣ-ਹਿਣ ਕੀਤਾ ਰਤਨਾਵਲੀ ਕਮਰੇ ਚੋਂ ਬਾਹਰ ਨਿਕਲ ਆਈ ਸਮਝ ਗਈ ਘੋੜੇ ਨੇ ਯਾਦ ਕੀਤਾ ਤੁਰ ਪਈ ਫੁੱਲਾਂ ਟਹਿਣੀਆਂ ਤੇ ਕੰਡੇ ਉਲਰ-ਉਲਰ ਕੇ ਉਹਦੀ ਸਾੜੀ ਦੀਆਂ ਕੰਨੀਆਂ ਫੜਦੇ ਸਨ ਕਈਆਂ ਨਾਲ ਮੁਸਕਰਾਉਂਦੀ ਕਈਆਂ ਨੂੰ ਹੱਥ ਨਾਲ ਪਿਆਰ ਦਿੰਦੀ ਤੇ ਇੱਕ ਦਮਨ ਫੜ ਖਲੋਤੀ ਗੁਲਾਬੀ ਟਹਿਣੀ ਦੇ ਦੰਦਾ ਨੂੰ ਆਦਰ ਨਾਲ ਸਾੜੀ ਚੋਂ ਕੱਢਦੀ ਹੋਈ ਰਤਨਾਵਲੀ ਆਪਣੇ ਘੋੜੇ ਕੋਲ ਪਹੁੰਚ ਗਈ ਘੋੜਾ ਕਾਦਾ ਕੋਈ ਹੁਸਨ ਦਾ ਸ਼ਾਹ ਬਹਿਰਾਮ ਸੱਤਾਂ نسلਾਂ ਦਾ ਸੁੱਚਾ ਅਰਬੀ ਬਾਲ ਦਾ ਰੂਪ ਦਲੇਰੀ ਤੇ ਬੇਖੌਫੀ ਦੀ ਜਿਉਂਦੀ ਮੂਰਤ ਲੁਸ-ਲੁਸ ਕਰਦਾ ਬਦਾਮੀ ਪਿੰਡਾ ਗੋਡਿਆਂ ਤੱਕ ਪਹੁੰਚਦੀ ਛੋਟੀ ਕਣੀ ਪੂਛ ਦੋ ਪਿਛਲੇ ਗਿੱਟੇ ਚਾਂਦੀ ਰੰਗੇ ਤੇ ਉਸੇ ਰੰਗ ਦਾ ਮੱਥੇ ਉੱਤੇ ਚੰਨ ਭਰੀ ਹੋਈ ਛਾਤੀ ਸੁਭਕ ਜੀ ਕੰਡ ਚਮਕਦੀ ਅਯਾਲ ਚਮਕਦੀ ਗਰਦਨ ਪਤਲੇ ਸਿੱਧੇ ਖਲੋਤੇ ਕੰਨ ਚੁੰਮੀਆਂ ਮੰਗਦੀ ਬੁੱਤੀ ਸੁਨੇਹ ਦਿੰਦੀਆਂ ਅੱਖਾਂ ਤੇ ਆਪਣੀ ਮਲਕਾ ਦੇ ਪਿਆਰ ਚ ਫਰ-ਫਰ ਕਰਦੀਆਂ ਨਾਸਾਂ ਇਹ ਬੇਦਾਗ ਸਫਾਈ ਏ ਵਫਾ ਭਰੀ ਤਾਕਤ ਏ ਨਿਰੋਗਨ ਸੁਡੌਲਤਾ ਇਹ ਪ੍ਰੋਸੇ ਪਰਿਆਪਿਆਰ ਬੇ ਸੰਕੋਚ ਚਾਪਰੀ ਹਨ ਹਨ ਰਤਨਾਵਲੀ ਦਾ ਉੱਚੇ ਤੋਂ ਉੱਚਾ ਹੁਸਨ ਨਿਸ਼ਾਨਾ ਸੀ ਰਤਨਾਵਲੀ ਨੇ ਦੌੜ ਕੇ ਸੋਹਣੀ ਬੁੱਤੀ ਬਾਹਾਂ ਚ ਲੈ ਲਈ ਤੇ ਉਹਦੀ ਸੱਜੀ ਗੱਲ ਨਾਲ ਆਪਣਾ ਸਿਰ ਜੋੜ ਦਿੱਤਾ ਓ ਓ ਮੇਰੇ ਸੋਹਣੇ ਕਮਰ ਤੂੰ ਮੈਨੂੰ ਪਹਿਲਾਂ ਕਿਉਂ ਨਾ ਬੁਲਾ ਲਿਆ ਰਤਨਾਵਲੀ ਨੇ ਚਿੱਟੇ ਚੰਨ ਨੂੰ ਚੁੰਮ ਕੇ ਆਖਿਆ ਕਮਰ ਨੇ ਫਿਰ ਝਣਕਦੀ ਜੀ ਹਿਣ-ਹਿਣ ਕੀਤੀ ਤਾਂ ਤੂੰ ਪੈਨੂੰ ਪਹਿਲਾਂ ਵੀ ਬੁਲਾਇਆ ਸੀ ਮੈਂ ਸੁਣਿਆ ਨਹੀਂ ਮੈਂ ਉਦਾਸ ਸਾਂ ਪਰ ਹੁਣ ਕੋਈ ਉਦਾਸੀ ਨਹੀਂ ਹੁਣ ਘੋੜੇ ਦਾ ਲਾਡ ਸਾਂਭਿਆ ਨਹੀਂ ਸੀ ਜਾਂਦਾ ਜ਼ਰੂਰ ਜ਼ਰੂਰ ਅੱਜ ਮੈਂ ਛੱਲਾਂਗੀ ਦੂਰ ਸਾਰੇ ਛੱਲਾਂਗੀ ਤੇ ਉਹਦੀ ਪਿੱਠ ਉੱਤੇ ਹੱਥ ਫੇਰ ਕੇ ਉਸ ਆਖਿਆ ਇਸ ਸੁਨਹਿਰੀ ਗੱਦੀ ਤੇ ਬੈਠਾਂਗੀ ਇਸ ਥਾਣ ਨੂੰ ਥਪਕਾਂਗੀ ਇਸ ਵਖੀ ਨਾਲ ਅੱਡੀ ਘੁੱਟਾਂਗੀ ਕਮਰ ਜੀ ਬੱਸ ਬੱਸ ਅੱਜ ਜ਼ਰੂਰ ਸੈਰ ਲਈ ਜਾਵਾਂਗੀ। ਘੋੜਾ ਖਲੋਤਾ ਅਗਲੇ ਪੈਰ ਵਾਰੋ-ਵਾਰੀ ਚੁੱਕਦਾ ਸੁੱਟਦਾ ਤੇ ਬੂਥੀ ਨਾਲ ਰਤਨਾਵਲੀ ਨੂੰ ਇਸ਼ਾਰੇ ਕਰਦਾ ਸੀ ਜਿਨ੍ਹਾਂ ਨੂੰ ਉਹ ਹੀ ਸਮਝਦੀ ਸੀ। ਪਰ ਕਮਰ ਮੈਂ ਰਕਾਬਾਂ ਬਿਨਾ ਇਸ ਵੇਲੇ ਕਿਕਰ ਚੜਾਂ ਮੈਂ ਨਿੱਕੀ ਜੀ ਤੂੰ ਐਡਾ ਉੱਚਾ ਹੋਰ ਜ਼ਰਾ ਕੋ ਨੂੰ ਕਾਠੀ ਪਾਵਾਂਗੇ ਰਕਾਬਾ ਲਮਕਾਵਾਂਗੇ ਮੈਂ ਫੜਾਕੀ ਮਾਰ ਕੇ ਚੜ ਜਾਾਂਗੇ ਹੁਣ ਤੂੰ ਚੜ ਮੈਂ ਤੈਨੂੰ ਵੇਖਾਂਗੀ। ਰਤਨਾਵਲੀ ਜ਼ਰਾ ਕੋ ਅੱਡ ਹੋ ਕੇ ਖੜੋਤੀ ਸੀ ਕਿ ਇੱਕ ਸੋਹਣੀ ਜੀ ਬੁਲਬੁਲ ਘੋੜੇ ਦੀ ਪਿੱਠ ਤੇ ਆ ਬੈਠੀ ਉਗੋਂਦੀ ਸੀ ਉਹ ਕਦੇ ਟੱਪ ਕੇ ਧੌਣ ਉੱਤੇ ਆ ਬੈਂਦੀ ਸੀ ਕਦੇ ਸਿਰ ਤੇ ਕਦੇ ਫਿਰ ਪੂਛਲ ਦੇ ਉੱਪਰਲੇ ਸਿਰ ਉੱਤੇ ਉਹ ਬੜੀ ਖੁਸ਼ ਸੀ ਐਡਾ ਵਿਸ਼ਾਲ ਸੋਹਣਾ ਸਰੀਰ ਉਹਦੀ ਮਲਕੀਅਤ ਸੀ ਕੋਈ ਉਹਦੇ ਕੋਲੋਂ ਖੋ ਨਹੀਂ ਸੀ ਸਕਦਾ ਘੋੜਾ ਵੀ ਉਹਦੇ ਹੇਠੋਂ ਨਹੀਂ ਸੀ ਨਿਕਲ ਸਕਦਾ ਰਤਾਵਨੀ ਰਤਨਾਵਲੀ ਵੇਖ-ਵੇ ਕੇ ਸੋਚਾਂ ਕਰ ਰਹੀ ਸੀ ਘੋੜੇ ਦੇ ਪਿੱਠੋਂ ਤੇ ਟਪੂਸੀਆਂ ਮਾਰਦੀ ਬੁਲਬੁਲ ਨੇ ਉਹਦੇ ਅੰਦਰ ਕਈ ਖਿਆਲੀ ਤਸਵੀਰਾਂ ਰੰਗ ਦਿੱਤੀਆਂ ਕਈ ਹਨ ਬੜੀਆਂ ਰੀਜਾਂ ਨੂੰ ਘੜ ਸਵਾਰਿਆ ਸੀ ਮੇਰੇ ਕਮਰਜੀ ਮੈਂ ਇਸ ਬੁਲਬੁਲ ਦੇ ਭਾਗ ਮੰਗਦੀ ਆ ਤੇਰੇ ਜਿੜੀ ਵਿਸ਼ਾਲਤਾ ਉੱਤੇ ਨੱਚ ਗਾ ਕੇ ਜਿਉਣਨ ਦਿਲ ਕਰਦਾ ਜਿਹਦੇ ਉੱਤੇ ਮੈਂ ਕਦੇ ਭਾਰ ਨਾ ਹੋਵਾਂ ਪਰ ਜਿਹਦੀ ਚੜਤਨ ਮੇਰੇ ਲਈ ਕਿਸੇ ਪਾਸਿਓ ਮੁੱਕੇ ਨਾ ਅਜੇ ਆ ਹੋਰ ਕਮਰ ਜੇ ਮੈਨੂੰ ਨਾ ਮਿਲਿਆ ਤਾਂ ਤੈਨੂੰ ਛੱਡ ਕੇ ਕਿਧਰੇ ਨਹੀਂ ਜਾਵਾਂਗੀ ਫਸਲਾਂ ਸਾਂਭੀਆਂ ਗਈਆਂ ਹਜ਼ੂਰੀ ਮਹਿਲਾਂ ਦੇ ਜੱਜ਼ੀਏ ਵੀ ਤਰਨ ਲੱਗੇ ਲੋਹਾਂ ਪਖ ਪਈਆਂ ਦੇਗਾਂ ਵਿੱਚ ਢਾਲੇ ਗੜਕ ਪਈ ਰੇਸ਼ਮੀ ਵਿਛਾਣੇ ਪੇਟਾ ਕਰਨ ਵਾਲੇ ਸ਼ੁਕਰ-ਸ਼ੁਕਰ ਕਰਦੇ ਪ੍ਰਾਲੀ ਉੱਤੇ ਸੌਂਦੇ ਸਨ। ਗੱਡਿਆਂ ਦੇ ਗੱਡੇ ਅੰਨ ਅਰਦਾਸ ਕਰਾਉਣ ਵਾਲੇ ਸੁੱਕੀਆਂ ਰੋਟੀਆਂ ਤੇ ਦਾਲੇ ਦੇ ਪ੍ਰਸ਼ਾਦ ਚੁੰਮ ਚਟਕੇ ਖਾਂਦੇ। ਦਾਨੀ ਡੰਡੋਤਾਂ ਕਰਦੇ ਤੇ ਦਾਨ ਪਾਤਰ ਸਿੰਘਾਂ ਸਨ ਉੱਤੇ ਸੋਭਦੇ ਸਨ। ਸਹਬਾਂ ਦੇ ਸਾਹਿਬ ਫੁੱਲੇ ਨਹੀਂ ਸੰਸਮਾਉਂਦੇ ਤੇ ਰਤਨਾਵਲੀ ਵੀ ਖੁਸ਼ ਸੀ। ਪਰ ਉਹਦੀ ਖੁਸ਼ੀ ਅਨੋਖੀ ਸੀ, ਕਈਆਂ ਨਾਲ ਹੰਝੂ ਵਗਾਉਂਦੀ ਸੀ। ਕਈਆਂ ਪੈਰ ਚੁੰਮਦਿਆਂ ਨੂੰ ਗਲ ਨਾਲ ਲਾ ਕੇ ਹੈਰਾਨ ਕਰਦੀ ਸੀ। ਕੀ ਮਾਈਆਂ ਕੀ ਭਾਈ ਕੀ ਬੁੱਢੇ ਕੀ ਨੱਡੇ ਸਭੀ ਬੀਬੀ ਰਾਣੀ ਦੇ ਦਰਸ਼ਨਾਂ ਨੂੰ ਸੈਕਦੇ ਸਨ ਉਹਨਾਂ ਨੂੰ ਪਤਾ ਨਹੀਂ ਸੀ ਕਿਉਂ ਕੋਈ ਟਾਵਾ ਟਾਵਾ ਇਹ ਸਵਾਲ ਮਨਚ ਪੁੱਛਦਾ ਸੀ ਸੈਭਾਂ ਦੇ ਸਾਹਮਣੇ ਖੁੱਲੀਆਂ ਅੱਖਾਂ ਕਿਉਂ ਮੀਟੀਆਂ ਜਾਂਦੀਆਂ ਜ਼ੁਬਾਨ ਕਿਉਂ ਥਿੜਕਦੀ ਹੈ ਬੀਬੀ ਰਾਣੀ ਦੇ ਸਾਹਮਣੇ ਕਿਉਂ ਮੀਟੀਆਂ ਅੱਖਾਂ ਉੱਗੜ ਜਾਂਦੀਆਂ ਹਨ ਕਿਉਂ ਦਿਲ ਦੀਆਂ ਅਣਚਿਤਵੀਆਂ ਗੱਲਾਂ ਬਣ ਬਣ ਕੇ ਜ਼ੁਬਾਨੋਂ ਨਿਕਲਦੀਆਂ ਹਨ ਬੀਬੀ ਰਾਣੀ ਦੀ ਅਕਲ ਸ਼ਕਲ ਤੇ ਆਤਮਕ ਜਾਦੂ ਦੀਆਂ ਤੁਮਾਂ ਸਾਰੇ ਇਲਾਕੇ ਚ ਘੇਲਰ ਗਈਆਂ ਅਨੇਕਾਂ ਸਾਖ ਆਉਂਦੇ ਅਨੇਕਾਂ ਟਿੱਕੇ ਟਿੱਕੇ ਤੇ ਕੰਵਰ ਸਹਬਾਂ ਦੇ ਪ੍ਰਾਣੇ ਹੁੰਦੇ ਆਉਂਦੇ ਚਲੇ ਜਾਂਦੇ ਜਿਹੜਾ ਸਹਬਾਂ ਨੂੰ ਪਸੰਦ ਆਉਂਦਾ ਉਹ ਘਰ ਜਵਾਈ ਹੋ ਕੇ ਰਹਿਣਾ ਪਰਵਾਹ ਨਾ ਕਰਦਾ ਤੇ ਜਿਹੜਾ ਪਰਵਾਹ ਕਰ ਲੈਂਦਾ ਉਹ ਸਹਬਾਂ ਨੂੰ ਪਸੰਦ ਨਾ ਆਉਂਦਾ ਮਾਤਾ ਜੀ ਚਿੰਤਾ ਕਰਦੇ ਰਤਨਾਵਲੀ ਹੱਸ ਕੇ ਚਿੰਤਾ ਦੂਰ ਕਰ ਦਿੰਦੀ ਵੇਖੋ ਮਾਂ ਜੀ ਮੈਂ ਕਿੱਡੀ ਨਿੱਕੀ ਜਈ ਘੋੜੇ ਨਾਲ ਖੇਡ ਕੇ ਦਿਨ ਲੰਘਾ ਛੱਡਣ ਵਾਲੀ ਬਾਲੜੀ ਮੈਨੂੰ ਕੀ ਸਾਰਾ ਜੇ ਵਿਆਹਾਂ ਦੀ ਤੁਸੀਂ ਮੈਨੂੰ ਖੇਡ ਲੈਣ ਦਿਓ ਕਮਰ ਉਤੇ ਚੜ ਤੁਹਾਡੀ ਜਾਗੀਰ ਦੀਆਂ ਜੂਹਾਂ ਵੇਖ ਲੈਣ ਦਿਓ ਕਿਉ ਮਾਂ ਜੀ ਮੈਂ ਠੀਕ ਨਹੀਂ ਆਖਿਆ ਤੇਰਾ ਤਨავਲੀ ਆਪਣੇ ਮਾਤਾ ਦੀ ਗੋਦੀ ਚ ਬਹਿ ਜਾਂਦੀ ਪਰ ਉਸ ਠੀਕ ਨਹੀਂ ਸੀ ਆਖਿਆ ਉਹਨੂੰ ਬੜੀ ਸਾਰਸੀ ਵਿਆਹਾਂ ਦੀ ਇਸੇ ਲਈ ਉਹਨੂੰ ਕੋਈ ਟਿੱਕਾ ਪਸੰਦ ਨਹੀਂ ਸੀ ਆਇਆ ਕਿਸੇ ਚ ਨੁਚੜਤ ਨਹੀਂ ਸੀ ਦੇਸੀ ਤੇ ਜਿਹੜੀ ਕਦੇ ਮੁੱਕੇ ਨਾ ਤੇ ਜਿਹਦੇ ਉੱਤੇ ਉਹ ਕਦੀ ਭਾਰੀ ਨਾ ਹੋ ਜਾਏ ਹਾਂ ਰਤਨੇ ਦੀ ਹਿਕ ਉਹਨੂੰ ਏਡੀ ਚੌੜੀ ਦੇਸੀ ਸੀ ਉਹਦਾ ਦਿਲ ਵੀ ਉਹਨੂੰ ਦਰਿਆ ਜਾਪਿਆ ਸੀ ਇਹ ਰਤਨਾ ਸੈਭਾ ਦਾ ਇੱਕ ਸੇਵਕ ਸੀ 6 ਫੁੱਟ ਲੰਮਾ ਲੋਹੇ ਵਰਗਾ ਅੰਗ ਸ਼ੇਰ ਵਰਗਾ ਦਿਲ ਤੂਫਾਨ ਨਾਲ ਪੱਕਿਆ ਸੂਰਜੀ ਮੂੰਹ ਚੌੜਾ ਖੁੱਲਾ ਨਿਰਛਲ ਪ੍ਰਭਾਵ ਤੇ ਮੌਕੇ ਤੋਂ ਗਿਣਤੀ ਕੀਤੇ ਬਿਨਾਂ ਕੁਰਬਾਨ ਹੋ ਸਕਣ ਵਾਲਾ ਜਿਗਰਾ ਇਹ ਸਭ ਕੁਝ ਉਹਦੇ ਮੂੰਹ ਤੇ ਲਿਖਿਆ ਸੀ ਕਿਸੇ ਨੇ ਰਤਨਾਵਲੀ ਅੱਗੇ ਉਹਦੀ ਸਿਫਤ ਨਹੀਂ ਸੀ ਕੀਤੀ ਪਰ ਇਹ ਕੋਈ ਟਿੱਕਾ ਨਹੀਂ ਸੀ ਇਹ ਮਾਮੂਲੀ ਜ਼ਿਮੀਂਦਾਰ ਸੀ ਚੰਗਾ ਸੀ ਸੌ ਘੁਮਾਂ ਦਾ ਮਾਲਕ ਸੀ ਪਰ ਸੌ ਘੁਮਾਂ ਕਿਤੇ ਤੇ ਸੋਹ ਪਿੰਡ ਕਿਥੇ ਅਜੂਰੀ ਨਜ਼ਰਾਂ ਚ ਇਹਦਾ ਕੀ شمار ਤਾਂ ਵੀ ਬੀਬੀ ਰਾਣੀਏ ਨੂੰ ਵੇਖ ਕੇ ਉਸ ਦਿਨ ਵਾਲੀ ਕੰਵਰ ਦੀ ਪਿੱਠ ਉੱਤੇ ਫਦਕ ਫਦਕ ਨਾਵੇਂ ਆਉਂਦੀ ਬੁਲਬਲ ਦੇ ਚੰਗੇ ਭਾਗ ਯਾਦ ਕਰਿਆ ਕਰਦੀ ਸੀ ਸਾਲਾਨਾ ਮੇਲੇ ਦੇ ਦਿਨ ਵਿੱਚ ਜਦੋਂ ਰਤਨਾ ਡੇਢ ਮਣੀਆਂ ਗਾਗਰਾਂ ਇਕੱਲਾ ਖੂਜੋ ਖੜਦਾ ਥੱਕਦਾ ਨਹੀਂ ਸੀ ਜਦੋਂ ਢਾਈ ਮਣੀਆਂ ਬੋਰੀਆਂ ਕੰਡ ਉੱਤੇ ਢੋਕੇ ਦੋ ਦੋ ਗੱਡੇ ਇਕੱਲਾ ਖਾਲੀ ਕਰ ਦਿੰਦਾ ਸੀ ਜਦੋਂ ਲੰਗਰ ਲਈ ਕੋਹਾੜਾ ਫੜ ਕੇ ਮੋਛੀਆਂ ਦੇ ਮੋਛੇ ਪਾੜ ਕੇ ਇਹ ਰਲਾ ਦਿੰਦਾ ਸੀ ਰਤਨਾਵਲੀ ਬੜੀ ਪ੍ਰਸ਼ੰਸਾ ਨਾਲ ਉਹਦੇ ਵੱਲ ਤੱਕਦੀ ਸੀ ਇਹ ਰਤਨਾ ਉਹ ਸੰਗਤ ਦਾ ਰਤਨੇਸ਼ ਸੀ ਤੇ ਉਹਨੂੰ ਵੀ ਪਤਾ ਹੁੰਦਾ ਸੀ ਜਦੋਂ ਰਾਣੀ ਦੀਆਂ ਬੀਬੀਆਂ ਅੱਖਾਂ ਉਹਦੇ ਕੋਹਾੜੇ ਉੱਤੇ ਹੁੰਦੀਆਂ ਸਨ 8 ਵਜਦਾ ਸੀ ਲੋਹਾ 9 ਉੱਡਦਾ ਸੀ ਛੋਡਾ ਉਹ ਤਾਂ ਉੱਠਦੀ ਸੀ ਰਤਨੇ ਦੀ ਅੱਖ ਵਿੱਚ ਲਿਸ਼ਕਦੀ ਸੀ ਰਤਨਾਵਲੀ ਦੀ ਮੁਸਕਰਾਟ ਇਧਰ ਦਿਲ ਗਾਉਂਦਾ ਸੀ ਬੀਬੀ ਰਾਣੀ ਉਧਰ ਛਾਤੀ ਕਹਿੰਦੀ ਸੀ ਅਨ ਘੜਿਆ ਰਤਨ ਇੱਕ ਦੋ ਮੇਲੇ ਲੰਘ ਗਏ ਕਈ ਟਿੱਕੇ ਕਮਰ ਆਏ ਚਲੇ ਗਏ ਰਤਨੇ ਦੀਆਂ ਪੇਟਾਂ ਵੱਧ ਗਈਆਂ ਰਤਨੇ ਦੇ ਮੋਢੇ ਹੋਰ ਚੌੜੇ ਹੋ ਗਏ ਰਤਨੇ ਦੇ ਮੂੰਹ ਤੇ ਹੋਰ ਲਾਲੀਆਂ ਆ ਗਈਆਂ ਕਈਆਂ ਨੇ ਆਖਿਆ ਸਾਬਾ ਨੇ ਕੋਈ ਗੁੱਜੀ ਬਖਸ਼ਿਸ਼ ਕਰ ਦਿੱਤੀ ਸ਼ੋ ਰਤਨਾ ਕਈ ਵਾਰੀ ਬੀਬੀ ਰਾਣੀ ਨੂੰ ਬਾਗ ਚ ਬੈਠੀ ਵੇਖ ਕੇ ਮੱਥਾ ਟੇਕਣ ਲਈ ਨੇੜੇ ਆ ਜਾਂਦਾ ਕਈ ਵਾਰੀ ਬੀਬੀ ਦੇ ਸੱਜੇ ਖੱਬੇ ਵੱਡੀਆਂ ਮੋਟੀਆਂ-ਮੋਟੀਆਂ ਕਿਤਾਬਾਂ ਹੁੰਦੀਆਂ ਸਨ ਇੱਕ ਦਿਨ ਰਤਨੇ ਦੀ ਵੱਡੀ ਭੈਣ ਨਾਲ ਸੀ ਰਤਨਾ ਵੀ ਬੀਬੀ ਦੇ ਇਸ਼ਾਰੇ ਤੇ ਗਾਂਹ ਚਲਾ ਗਿਆ ਉਹਨੂੰ ਕੁਝ ਪਤਾ ਨਹੀਂ ਸੀ ਵੀ ਉਹ ਕਿਉਂ ਨੇੜੇ ਜਾਣਾ ਚਾਹੁੰਦਾ ਸੀ ਤੇ ਪਤਾ ਕਰਨ ਦੀ ਲੋੜ ਵੀ ਕੀ ਸੀ ਕਿ ਉਹਦੇ ਸਾਬਾਂ ਦੀ ਪੂਜ ਪੁੱਤਰੀ ਨਹੀਂ ਸੀ ਉਹਦੀ ਦੇਵੀ ਸੀ ਉਹਨੂੰ ਆਪ ਪੂਜਦਾ ਸੀ ਭੈਣ ਆਪਣੀ ਦੇ ਨਾਲ ਬਹਿ ਗਿਆ ਕਦੇ ਕਿਤਾਬਾਂ ਵੱਲ ਵੇਖਦਾ ਕਦੇ ਰਾਣੀ ਵਾਲਾ ਅਦਬ ਦੀ ਛਾਤ ਪਾ ਲੈਂਦਾ ਕਿਉਂ ਰਤਨਾ ਜੀ ਇਹ ਕਿਤਾਬਾਂ ਤੁਹਾਨੂੰ ਬੜੀਆਂ ਅਨੋਖੀਆਂ ਦਿਸਦੀਆਂ ਨੇ ਰਤਨਾਵਲੀ ਨੇ ਉੱਡੇ ਹੀ ਅਦਬ ਨਾਲ ਪੁੱਛਿਆ ਜੇ ਆਗਿਆ ਦਿਓ ਤਾਂ ਇੱਕ ਨੂੰ ਹੱਥ 'ਚ ਫੜ ਕੇ ਵੇਖ ਲਵਾਂ ਰਤਨੇ ਨੇ ਪੁੱਛਿਆ ਜ਼ਰੂਰ ਰਤਨਾ ਜੀ ਤੇ ਰਤਨਾਵਲੀ ਨੇ ਅੱਪੀ ਇੱਕ ਵੱਡੀ ਅੰਗਰੇਜ਼ੀ ਦੀ ਪੁਸਤਕ ਦੋ ਹੱਥਾਂ ਨਾਲ ਚੁੱਕ ਕੇ ਫੜਾ ਦਿੱਤੀ ਰਤਨੇ ਨੇ ਅਦਬ ਨਾਲ ਖੋਲੀ ਹੱਥ ਝੱਗੇ ਨਾਲ ਪਹੁੰਚ ਕੇ ਦੋ ਵਰਕੇ ਥੱਲੇ ਕੀ ਰਾਣੀ ਜੀ ਇਹ ਤੁਸੀਂ ਸਾਰੀ ਪੜ ਲੈਂਦੇ ਹੋ ਹਾਂ ਰਤਨਾ ਜੀ ਇਹੋ ਜੀ ਆ ਮੈਂ ਕਈ ਪੜ ਚੁੱਕੀ ਹਾਂ ਪਰ ਇਹ ਕੋਈ ਔਖਾ ਕੰਮ ਨਹੀਂ ਰਤਨਾਵਲੀ ਨੇ ਆਖਿਆ ਔਖਾ ਕੰਮ ਨਹੀਂ ਮੈਨੂੰ ਤੇ ਇਹਦੇ ਅੱਖਰ ਇੱਕ ਨਾਲੋਂ ਇੱਕ ਵੱਖਰਾ ਨਹੀਂ ਦਿਸਦਾ ਤੁਹਾਨੂੰ ਸਹਿਬਾਂ ਦੀ ਕੋਈ ਦਾਤ ਹੋਏਗੀ ਰਤਨੇ ਦੀਆਂ ਅੱਖਾਂ ਕਰਾਮਾਤ ਦੇ ਖਿਆਲ ਨਾਲ ਚੌੜੀਆਂ ਹੋ ਗਈਆਂ ਇਹ ਕੋਈ ਉਚੇਚੀ ਦਾਤ ਨਹੀਂ ਜਿਹੜਾ ਹੋਰ ਕੁਝ ਨਾ ਕਰ ਸਕੇ ਉਹ ਵੀ ਕਿਤਾਬਾਂ ਪੜਨ ਦੀ ਜਾਤ ਸਿੱਖ ਸਕਦਾ ਪਰ ਜੋ ਕੁਝ ਨਹੀਂ ਸਿੱਖਿਆ ਜਾ ਸਕਦਾ ਉਹ ਮੈਂ ਤੁਹਾਡੇ ਵਿੱਚ ਵੇਖਿਆ ਉਹਨੂੰ ਮੈਂ ਜਿਉਂਦੀ ਕਰਾਮਾਤ ਸਮਝਦੀ ਹਾਂ ਰਤਨਾਵਲੀ ਨੇ ਦਿਲੀ ਸ਼ਲਾਗਾ ਨਾਲ ਆਖਿਆ ਰਤਨਾ ਤਰਵ ਕੁੱਠਿਆ ਕਿਉਂ ਉਹਨੂੰ ਕੀ ਪਤਾ ਮੇਰੇ ਦਿਲ ਚ ਕੋਈ ਜਿਉਂਦੀ ਕਰਾਮਾਤ ਉਹ ਸਿੱਖੀ ਵੀ ਨਹੀਂ ਜਾ ਸਕਦੀ ਕੋਈ ਬਿਜਲੀ ਉਹਦੇ ਅੰਦਰੋਂ ਲਿਸ਼ਕ ਗਈ ਮੇਰੇ ਵਿੱਚ ਰਾਣੀ ਜੀ ਇਹ ਸਾਬਾਂ ਦੇ ਚਰਨ ਧੂੜ ਰਤਨਾ ਇਹਦੇ ਚ ਕਰਾਮਾਤ ਮੈਂ ਆਪ ਨੂੰ ਗੁੱਸੇ ਤਾਂ ਨਹੀਂ ਕਰ ਦਿੱਤਾ ਹਾਂ ਰਤਨਾ ਜੀ ਤੁਹਾਡੇ ਵਿੱਚ ਤੁਹਾਡੇ ਨਾ ਪੀੜੇ ਹੱਥਾਂ ਵਿੱਚ ਤੁਹਾਡੇ ਵਿਸ਼ਾਲ ਮੋਢਿਆਂ ਤੁਹਾਡੀਆਂ ਨਿਰਵੈਰ ਅੱਖਾਂ ਵਿੱਚ ਕਿਸੇ ਹੋਰ ਨੇ ਕਦੇ ਬੁਰੀਆਂ ਏ ਉਨਹੀਂ ਚੁੱਕੀਆਂ ਕਿਸੇ ਹੋਰ ਦੀ ਕੋਹਾੜੇ ਹੇਟ ਔਖੀਆਂ ਗੰਢਾਂ ਏ ਉਨਹੀਂ ਉੱਡੀਆਂ ਕਿਸੇ ਹੋਰ ਨੇੋਂ ਖੂ ਖਾਲੀ ਨਹੀਂ ਕੀਤੇ ਇਹ ਜੋਰ ਇਹ ਜਲਾਲੇ ਚੁੜਤਣੇ ਚਾਲੇ ਤਿਆਰੀ ਇਹ ਪ੍ਰਸ਼ੰਸਾ ਜਾਂ ਮੇਰੇ ਕੰਵਰ ਚ ਹੈ ਜਾਂ ਤੁਹਾਡੇ ਚ ਇਹ ਗ੍ਰੰਥੇ ਪੁਸਤਕਾਂ ਤੁਹਾਡੇ ਦੋਵਾਂ ਦੇ ਸਾਹਮਣੇ ਤੁੱਚ ਹਨ ਮੈਂ ਤੁਹਾਡੇ ਦੋਵਾਂ ਦੇ ਭਾਗਾਂ ਤੇ ਰਸ਼ ਕਰਦੀ ਆਂ ਪਹਾੜ ਜਿੱਡਾ ਰਤਨਾ ਬੁਲਬੁਲ ਜਿੱਡੀ ਰਤਨਾਵਲੀ ਦੇ ਬਚਨਾਂ ਨਾਲ ਖੀਵਾ ਹੋ ਕੇ ਕੰਬ ਰਿਹਾ ਸੀ ਬੁਲਬੁਲ ਦੇ ਚਰਨਾਂ ਉੱਤੇ ਪਹਾੜ ਨਿਉਂ ਗਿਆ ਨਹੀਂ ਨਹੀਂ ਰਤਨਾ ਜੀ ਤੁਸੀਂ ਸਿੱਧੇ ਖੜੋਤੇ ਮੈਨੂੰ ਚੰਗੇ ਲੱਗਦੇ ਹੋ ਅੱਗੋਂ ਮੇਰੇ ਅੱਗੇ ਕਦੇ ਮੱਥਾ ਨਾ ਟੇਕਣਾ ਕੀ ਬੀਬੀ ਰਾਣੀ ਜੀ ਦਾ ਇਹ ਹੁਕਮ ਹੈ ਰਤਨੇ ਨੇ ਪੁੱਛਿਆ ਚੰਗਾ ਹੁਕਮ ਹੀ ਸਹੀ ਰਤਨਾ ਕਦੇ ਨਹੀਂ ਮੁੜੇਗਾ ਰਤਨਾ ਪੰਜਾਬੀ ਤੇ ਚੰਗੀ ਲਿਖ ਸਕਦਾ ਸੀ ਪਰ ਸਿਵਾਏ ਧਾਰਮਿਕ ਪੁਸਤਕਾਂ ਦੇ ਉਨੇ ਹੋਰ ਕਦੇ ਕੁਝ ਨਹੀਂ ਸੀ ਪੜਿਆ ਇਹ ਪੁਸਤਕਾਂ ਕਿਸੇ ਅਗਲੀ ਦੁਨੀਆ ਕਿਸੇ ਅਸਮਾਨੀ ਵਸਦੇ ਰੱਬ ਮੁਕਤੀ ਆਵਾਗਣ ਆਵਾਗਵਣ ਦੇ ਸੰਭਵ ਚੰਗਿਆਈ ਦੇ ਉਪਦੇਸ਼ਾਂ ਨਾਲ ਭਰੀਆਂ ਹੋਈਆਂ ਸਨ ਇਸ ਲਈ ਰਤਨੀ ਦੀ ਨਾਂ ਤੇ ਕੋਈ ਇਤਲਾਹ ਵਧਾ ਸਕੀ ਸਕੀਆਂ ਤੇ ਨਾਂ ਇਹਨੂੰ ਇਸ ਜੀਵਨ ਦੀ ਕੋਈ ਜਾਚੀ ਦੱਸ ਸਕੀਆਂ ਰਤਨਾ ਵੀ ਉਹਨਾਂ ਪੰਡਤਾਂ ਗਿਆਨੀਆਂ ਵਾਂਗ ਜਿਨ੍ਹਾਂ ਨੇ ਰੂਲ ਧਰਮ ਸ਼ਾਸਤਰੀ ਕੰਠ ਕੀਤੇ ਸਨ ਲਿਖ ਪੜ੍ਹ ਕੇ ਵੀ ਅਨਪੜਿਆ ਜਾਪਦਾ ਸੀ ਤੇ ਰਤਨਾਵਲੀ ਨੇ ਉਹਨੂੰ ਇੱਕ ਛੋਟੀਆਂ ਕਹਾਣੀਆਂ ਵਾਲੀ ਕਿਤਾਬ ਦਿੱਤੀ। ਰਤਨੇ ਨੂੰ ਬੜਾ ਸਵਾਦ ਆਇਆ। ਉਹ ਇੱਕ ਹੋਰ ਮੰਗੇ ਲੈ ਗਿਆ। ਇਹ ਕਿਤਾਬਾਂ ਉਹਦੀ ਆਪਣੀ ਦੁਨੀਆ ਦੀਆਂ ਗੱਲਾਂ ਕਰਦੀਆਂ ਸਨ। ਉਹਦੇ ਆਪਣੇ ਪਿੰਡ ਤੇ ਆਪਣੇ ਗਵਾਂਢੀਆਂ ਦਾ ਹਾਲ ਦੱਸਦੀਆਂ ਸਨ। ਉਹਦੀ ਦਿਲਚਸਪੀ ਵਾਧਦੀ ਗਈ। ਉਸ ਕਈ ਕਿਤਾਬਾਂ ਲਿਆਂਦੀਆਂ ਤੇ ਪੜ੍ਹੀਆਂ। ਉਸ ਪੜ੍ਹਿਆ ਉਹਦਾ ਮੁਲਕ ਕਿੱਡਾ ਹੈ। ਉਹਦੇ ਮੁਲਕ 'ਚ ਕੀ ਤਕਲੀਫਾਂ ਹਨ, ਕਿੰਨੀ ਗਰੀਬੀ ਹੈ। ਉਸ ਪੜ੍ਹਿਆ ਦੁਨੀਆ ਕਿੱਡੀ ਚੌੜੀ ਹੈ। ਇਹਦੇ 'ਚ ਕੌਣ-ਕੌਣ ਵਸਦੀ ਹੈ। ਕਿੱਕਰ ਕੰ ਰਹਿੰਦੇ ਐ ਉਹਨੇ ਚੰਨਾ ਤਾਰਿਆਂ ਦਾ ਹਾਲ ਵੀ ਪੜ ਲਿਆ ਆਪਣੇ ਬੈਲਾਂ ਨੂੰ ਰਾਜੀ ਰੱਖਣ ਆਪਣੀ ਪੈਦਾਵਾਰ ਵਧਾਉਣ ਦੀਆਂ ਵੀ ਉਸ ਚ ਕਈ ਗੱਲਾਂ ਸਿੱਖ ਲਈਆਂ ਹੁਣ ਕਿਤਾਬਾਂ ਪੜਨਾ ਉਹਨੂੰ ਕੋਈ ਕਰਾਮਾਤ ਨਹੀਂ ਸੀ ਜੈਪਦੀ ਉਹ ਚਾਰ-ਚਾਰੀ ਇਕੱਠੀਆਂ ਮੰਗ ਲਿਆਉਂਦਾ ਤੇ ਹਫ਼ਤੇ ਦੇ ਅੰਦਰ ਅੰਦਰ ਮੋੜ ਕੇ ਹੋਰ ਲੈ ਆਉਂਦਾ ਉਹ ਆਪਣਾ ਕੰਮ ਵੀ ਨਹੀਂ ਸੀ ਛੱਡਦਾ ਤੇ ਸਗੋਂ ਵਧੇਰੇ ਉਤਸ਼ਾਹ ਕਰਕੇ ਮੁਕਾ ਲੈਂਦਾ ਸੀ ਧੰਨਵਾਦ ਚਲਦਾ